ਭੋਜਨ ਅਗਰ ਇਕੱਠੇ ਬੈਠ ਕੇ ਬਣਾਇਆ ਹੋਵੇ ਤੇ ਰਲ ਮਿਲ ਕੇ ਖਾਧਾ ਹੋਵੇ ਉਹਦਾ ਟੇਸਟ ਜਿਹੜਾ 100 ਗੁਣਾ ਵੱਧ ਜਾਂਦਾ। ਕਿਉਂ ਮਹਿਸੂਸ ਕਰ ਰਹੇ ਹੋ ਤੁਸੀਂ ਸਾਰਿਆਂ ਨੇ? ਭਾਵੇਂ ਪਹਾੜ ਆ ਤੇ ਭਾਵੇਂ ਉੱਤੇ ਪਹਾੜਾਂ ਦੇ ਬਈ ਬਰਫ਼ ਆ, ਪਰ ਜੋ ਧੁੱਪ ਨਿਕਲਦੀ ਨਾ ਫਿਰ ਚੁੱਭਦੀ ਬੜੀ ਆ। ਸਰ ਕਿਆ ਨਾਮ ਆਪਕਾ? ਦੀਪਕ। ਦੀਪਕ ਜੀ ਜੁੜ ਗਏ ਨੇ ਤੇ ਦਾਲ ਦੇ ਟੇਸਟ ਨੂੰ ਚਾਰ ਚੰਦ ਲਾਉਣ ਵਾਸਤੇ ਇਹ ਚ ਪਾਵਾਂਗੇ ਆਪਾਂ ਕੜਛੀ ਇੱਕ ਘਿਓ। ਹੁਣ ਐਂ ਜੀ ਕਰਦਾ ਵੀ ਉਤੋਂ ਤੋਂ ਲਾ ਕੇ ਆਪ ਵੀ ਖਾ ਲਈਏ। ਕਿਆ ਫ੍ਰੈਗਨੈਂਸ ਆ ਰਹੀ ਹੈ। ਅਤੇ ਜਿੰਨੀ ਕੁ ਹੋ ਸਕਿਆ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਹੀ ਪੁੱਛਿਆ ਵੀ ਇੱਥੇ ਚੋਰੀ ਚਕਾਰੀ ਦਾ ਕਿਸ ਤਰ੍ਹਾਂ ਵਾ। ਉਹ ਕਹਿੰਦੇ ਵੀ ਇਹਦੇ 'ਚ ਇੱਥੇ ਕੋਈ ਚੋਰੀ ਨਹੀਂ ਹੁੰਦੀ, ਵੀ ਜੇ ਆਪਾਂ ਨਾ ਦੇਖੀਏ ਪਹਿਲਾਂ ਨਾਲ ਸਾਰਿਆਂ ਨੂੰ ਲੈ ਕੇ ਆਈਏ ਤਾਂ ਨਜ਼ਾਰਾ ਆਪਣੇ ਲਈ ਸਰਪ੍ਰਾਈਜ਼ ਰਹਿ ਜੂਗਾ, ਅਤੇ ਜੇ ਆਪਾਂ ਦੇਖ ਲਾਂਗੇ ਸਾਹਮਣੇ ਫਿਰ ਆਪਾਂ ਕਹਾਂਗੇ ਇੱਥੇ ਆਹ ਵਾਲੀ ਚੀਜ਼ ਇੱਥੇ ਆਹ ਵਾਲੀ। ਕੀ ਫੈਸਲਾ ਤੇਰਾ? ਨਹੀਂ ਆਪਾਂ ਪਹਿਲਾਂ ਦੇਖ ਚੱਲਦੇ ਹਾਂ ਜੀ, ਇੱਕ ਵਾਰੀ ਚੈੱਕ ਕਰ ਲੈਂਦੇ ਕਿ ਜਗ੍ਹਾ ਉਹਨਾਂ ਨੂੰ ਲਿਆਉਣ ਵਾਲੀ ਆ ਜਾਂ ਨਹੀਂ। ਬਿਲਕੁਲ ਠੀਕ, ਅਤੇ ਪਾਣੀ ਦਾ ਵੀ ਪਤਾ ਕਰ। ਬੜੇ ਦਿਨਾਂ ਦੀਆਂ ਸਬਜ਼ੀਆਂ ਖਾ ਖਾ ਕੇ ਨਾ ਆਪਾਂ ਅੱਕੇ ਤਾਂ ਨਹੀਂ ਕਹਿ ਸਕਦੇ। ਨਹੀਂ ਅੱਕੇ ਨਹੀਂ, ਆਪਣੇ ਕੋਲ ਸਬਜ਼ੀ ਵੀ ਪਈ ਹੈ, ਪਰ ਵੈਸੇ ਮਨ ਕਰ ਰਿਹਾ ਸੀ ਵੀ ਅੱਜ ਦਾਲ ਬਣਾਈਏ, ਕਿਉਂਕਿ ਭਾਜੀ ਕਹਿੰਦੇ ਵੀ ਮੈਂ ਸਬਜ਼ੀ ਬਣਾਉਣੀ ਹੈ ਬੈਂਗਣ ਦੀ ਤੇ ਆਪਾਂ ਬਣਾਉਣੀ ਆਪਾਂ ਦਾਲ। ਤੇ ਦਾਲ ਕਾਹਦੀ ਕਾਹਦੀ ਬਣ ਰਹੀ ਹੈ? ਦਾਲ ਮਿਕਸ। ਮਿਕਸ ਦਾਲ ਜਿਵੇਂ ਕਿ? ਜਿਵੇਂ ਕਿ ਚਨਾ, ਹਾਂ, ਮਸੂਰ ਜੀ, ਮੂੰਗ, ਹਾਂ, ਤੇ ਰਾਜਮਾ। ਚਾਰ ਦਾਲਾਂ ਮਿਕਸ ਨੇ। ਇਹਨੂੰ ਆਪਾਂ ਉੱਥੇ ਪਹਿਲਾਂ ਧੋ ਕੇ ਰੱਖਤਾ ਸੀਗਾ ਭਿਓਂ ਕੇ, ਤੇ ਹੁਣ ਫਿਰ ਆਪਾਂ ਇੱਕ ਵਾਰੀ ਕਰ ਲਿਆ ਇਹਨੂੰ ਵਾਸ਼, ਤੇ ਹੁਣ ਆਪਾਂ ਪਾਉਂਦੇ ਹਾਂ ਇਹਨੂੰ, ਬਣਾਵਾਂਗੇ ਉਸੇ ਤਰ੍ਹਾਂ ਜਿਵੇਂ ਆਪਾਂ ਘਰੇ ਬਣਾਉਂਦੇ ਹਾਂ ਤੌੜੀ ਦੇ ਵਿੱਚ। ਪਾਣੀ ਗਰਮ ਹੋ ਚੁੱਕਿਆ ਹੈ, ਦੇਖੋ ਤੁਸੀਂ ਨਵੀਂ ਤੌੜੀ ਹੈ ਤੇ ਪਾਣੀ ਦੇਖੋ ਕਿਵੇਂ ਹੈ, ਬੁਲਬੁਲੇ ਜਿਹੇ ਬਣ ਬਣ ਉੱਪਰ ਆ ਰਿਹਾ। ਪਾਣੀ ਗਰਮ ਹੋ ਚੁੱਕਿਆ ਤੇ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ ਭਿੱਜੀ ਹੋਈ ਆਪਣੀ ਦਾਲ, ਮੇਰੀ ਫੇਵਰੇਟ ਦਾਲ। ਉਹ ਤਾਂ ਫੇਵਰੇਟ ਤਾਂ ਹਜੇ ਚ ਰੰਗ ਪਾਉਣਾ ਪੈਣਾ ਹੈ, ਕਾਲੀ ਨਹੀਂ ਹੈ ਦਾਲ ਇਹ। ਨਹੀਂ ਆਪਣੇ ਆਪ ਹੀ ਹੋ ਜਾਣੀ ਹੈ, ਕਾਲੀ ਹੋ ਜਾਣੀ ਹੈ, ਕਾਲੀ ਹੋ ਜਾਣੀ ਹੈ। ਰੰਗ ਕਾਲਾ ਪਾ ਕੇ ਦੱਸ ਕਾਲੀ ਦਾਲ ਬਣਾਈ ਦੀ, ਮੇਰੀ ਫੇਵਰੇਟ ਦਾਲ ਹੈ। ਇਸ ਹਸੀਨ ਕੁਦਰਤ ਦਾ ਨਜ਼ਾਰਾ ਲੈਂਦੀ ਸਾਡੀ ਗੁੱਡੂ ਤੇ ਨਾਲ ਮਿੱਠਾ ਮਿੱਠੀ ਤੇ ਨਾਲ ਉਹਦੇ ਰਿਸ਼ਤੇਦਾਰ। ਤੇ ਇਧਰ ਅਨਹਦ ਜੀ ਖੋਲ ਰਹੇ ਨੇ ਕੈਂਪਿੰਗ ਚੇਅਰਸ ਟੇਬਲ। ਇਹ ਥੋੜੀ ਜਿਹੀ ਇੱਥੇ ਬੱਚੇ ਸਾਫ ਸਫਾਈ ਜੀ ਕਰ ਲਾ। ਠੀਕ ਹੈ, ਮੈਂ ਝਾੜੂ ਦਵਾਂ ਜੇ ਨਾ ਸਾਫ ਸਫਾਈ ਕਰਨੀ। ਨਹੀਂ ਪੁੱਤ ਉਹਦੇ ਨਾਲ ਹੋਣੀ। ਵੈਸੇ ਆਪਾਂ ਨਾ ਵੱਡਾ ਤੀਰਾ ਝਾੜੂ ਵੀ ਰੱਖਣਾ ਚਾਹੀਦਾ ਹੈ ਨਾ, ਇਸ ਤਰ੍ਹਾਂ ਜਗ੍ਹਾ ਜਿਵੇਂ ਪੱਤੇ ਪੁੱਤੇ ਆਪਾਂ ਉੱਥੇ ਸਾਫ ਕਰ ਸਕਦੇ ਹਾਂ। ਕੋਈ ਬੁੱਝਾ ਜਿਹਾ ਲੈ ਕੇ ਨਾ ਇੱਥੋਂ ਉਹਦੇ ਨਾਲ ਕਰ ਲਾ। ਬੁੱਝਾ ਉਹ ਨਾ ਕਰੀ, ਉਹਦੇ ਨਾਲ ਜ਼ਿਆਦਾ ਖਿਲਰੂਗਾ। ਉਹਦੇ ਨਾਲ ਤਾਂ ਜ਼ਿਆਦਾ ਖਿਲਰ ਜਾਣਾ। ਹਾਂ, ਹੁਣ ਪਾ ਦਿੱਤੀ ਆਪਾਂ ਇਹਦੇ ਵਿੱਚ ਹਲਦੀ ਤੇ ਨਾਲ ਪਾ ਦੇਣੇ ਆਪਾਂ ਇਹਦੇ ਵਿੱਚ ਨਮਕ ਤੇ ਇਹਨੂੰ ਰਿੱਝਣ ਦਿੰਦੇ ਹਾਂ। ਇੱਕ ਵਾਰੀ ਇੰਨਾ ਪਾ ਦਿੰਦੇ ਹਾਂ, ਮੁੜ ਕੇ ਚੈੱਕ ਕਰ ਲਾਂਗੇ ਕਿਉਂਕਿ ਦਾਲ ਅੱਜ ਆਪਾਂ ਖੁੱਲ੍ਹੀ ਬਣਾ ਰਹੇ ਹਾਂ। ਪਿਆਜ਼ ਦੀ ਕਟਿੰਗ, ਦਾਲ ਦੀ ਰਿਜਿੰਗ ਅਤੇ ਉੱਧਰ ਪਿਆਰਿੰਗ। ਸਾਹਮਣੇ ਕੈਂਪਰ ਵੈਨ ਆਪਣੀਆਂ ਖੜੀਆਂ ਅਤੇ ਮਹਿਜ਼ ਇੱਕ ਅੱਧੇ ਮਿੰਟ ਦੀ ਦੂਰੀ ਦੇ ਉੱਤੇ ਇਹੋ ਜਿਹਾ ਸੋਹਣਾ ਅਤੇ ਸੰਘਣਾ ਜੰਗਲ। ਸ਼ਾਇਦ ਇਹ ਗੋਪਰੋ ਓਨਾ ਜ਼ਿਆਦਾ ਸ਼ੂਟ ਨਾ ਕਰ ਰਿਹਾ ਹੋਵੇ, ਤੋ ਟਾਈਮ ਮਿਲਿਆ ਤਾਂ ਮੈਂ ਦੂਸਰੇ ਫੋਨ ਨਾਲ ਲੈ ਕੇ ਸ਼ੂਟ ਕਰੂੰਗਾ। ਸਾਹਮਣੇ ਅਨੂ ਬੜੀ ਨਿਡਰਤਾ ਦੇ ਨਾਲ ਜੰਗਲ ਦੀ ਕੈਂਪਿੰਗ ਵੱਲ ਗਾਂਹ ਵੱਧਦਾ ਹੋਇਆ ਨਾਲ ਸਿਮਰਨਜੀਤ ਸਿੰਘ ਦੇ। ਆਪਾਂ ਇਸ ਜੰਗਲ ਦੇ ਵਿੱਚ ਜਾਂ ਇਸ ਪਗਡੰਡੀ ਲਾ ਲਓ ਜਾਂ ਇਹ ਝਰਨਿਆਂ ਜਾਂ ਇੱਥੋਂ ਪਾਣੀ ਵਹਿੰਦਾ ਹੋਊਗਾ ਉਹ ਝਰਨਾ ਹੋਊਗਾ ਖਾਲੇ ਖਾਲ ਲਾ ਲਓ, ਵੀ ਤੁਰਦੇ ਤੁਰਦੇ ਕਾਫੀ ਅੱਗੇ ਆ ਗਏ, ਲਗਭਗ 20 ਮਿੰਟ ਦਾ ਸਮਾਂ ਹੋ ਗਿਆ। ਅਤੇ ਇਹਦੀ ਖੂਬਸੂਰਤੀ ਜਿੰਨੀ ਆਪਾਂ ਅੱਗੇ ਆਉਂਦੇ ਜਾਂਦੇ ਹਾਂ ਉਨੀ ਖੂਬਸੂਰਤੀ ਇਹਦੀ ਹੋਰ ਵੱਧ ਜਾਂਦੀ ਆ। ਇਸ ਜਗ੍ਹਾ ਨੂੰ ਜਿਵੇਂ ਅਸੀਂ ਨੰਗੀ ਅੱਖ ਨਾਲ ਵੇਖ ਕੇ ਮਹਿਸੂਸ ਕਰ ਰਹੇ ਹਾਂ ਤਾਂ ਸ਼ਾਇਦ ਉਮੀਦ ਹੈ ਮੈਨੂੰ ਇਹ ਸੀਧਾ 80% ਤੱਕ ਦਾ ਨਜ਼ਾਰਾ ਲੈ ਲਉਂਗੇ। ਬੜਾ ਦੂਰ ਟਿਕਾਣਾ ਹੁੰਦਾ ਸਾਧੂ ਸੰਤਾਂ ਦਾ, ਹੁਣ ਇਹ ਨਹੀਂ ਪਤਾ ਵੀ ਕੋਈ ਘਰ ਪਰਿਵਾਰ ਇੱਥੇ ਰਹਿੰਦਾ ਜਾਂ ਕੋਈ ਸਾਧੂ ਸੰਤ। ਅਤੇ ਇੱਕ ਸਾਹਮਣੇ ਥੋੜ੍ਹੀ ਜਿਹੀ ਛੋਟੀ ਜਿਹੀ ਬਿਲਡਿੰਗ ਜਾਂ ਘਰ ਉਹ ਨਜ਼ਰ ਆ ਰਿਹਾ ਅਤੇ ਆਪਾਂ ਜਾ ਕੇ ਦੇਖਦੇ ਹਾਂ ਕਿਹਨਾਂ ਦਾ। ਤੋ ਮੈਨੂੰ ਇੱਦਾਂ ਲੱਗ ਰਿਹਾ ਵੈਸੇ ਸਾਹਮਣੇ ਮੰਦਰ ਆ, ਮੈਨੂੰ ਲੱਗਦਾ ਬਹੁਤ ਸੋਹਣਾ ਨਜ਼ਾਰਾ, ਵੀ ਜੇ ਆਪਾਂ ਨਾ ਦੇਖੀਏ ਪਹਿਲਾਂ ਨਾਲ ਸਾਰਿਆਂ ਨੂੰ ਲੈ ਕੇ ਆਈਏ ਤਾਂ ਨਜ਼ਾਰਾ ਆਪਣੇ ਲਈ ਸਰਪ੍ਰਾਈਜ਼ ਰਹਿ ਜੂਗਾ, ਅਤੇ ਜੇ ਆਪਾਂ ਦੇਖ ਲਾਂਗੇ ਸਾਹਮਣੇ ਫਿਰ ਆਪਾਂ ਕਹਾਂਗੇ ਇੱਥੇ ਆਹ ਵਾਲੀ ਚੀਜ਼ ਇੱਥੇ ਆਹ ਵਾਲੀ। ਕੀ ਫੈਸਲਾ ਤੇਰਾ? ਨਹੀਂ ਆਪਾਂ ਪਹਿਲਾਂ ਦੇਖ ਚੱਲਦੇ ਹਾਂ ਜੀ, ਇੱਕ ਵਾਰੀ ਚੈੱਕ ਕਰ ਲੈਂਦੇ ਕਿ ਜਗ੍ਹਾ ਉਹਨਾਂ ਨੂੰ ਲਿਆਉਣ ਵਾਲੀ ਆ ਜਾਂ ਨਹੀਂ। ਬਿਲਕੁਲ ਠੀਕ, ਤੇ ਪਾਣੀ ਦਾ ਵੀ ਪਤਾ ਕਰ ਲੈਂਦੇ, ਮੈਨੂੰ ਲੱਗਦਾ ਕਿ ਉੱਥੇ ਟੈਂਕੀ ਹੈਗੀ, ਆਪਾਂ ਬਾਲਟੀ ਭਰ ਕੇ ਲੈ ਕੇ ਜਾ ਸਕਦੇ ਹਾਂ। ਹਾਂ, ਸਿਆਣੀ ਗੱਲ ਆ। ਤੇ ਆਪਾਂ ਉਹਨਾਂ ਨੂੰ ਨਹੀਂ ਦੱਸਾਂਗੇ, ਸਰਪ੍ਰਾਈਜ਼ ਰੱਖ ਲਾਂਗੇ ਕਿ ਆਜੋ ਦੇਖਦੇ ਹਾਂ ਥੱਲੇ ਹਨ ਤਾਂ ਪਾਣੀ ਦਿਖਿਆ ਨਹੀਂ, ਆਪਾਂ ਸਾਰੇ ਚੱਲ ਕੇ ਦੇਖਦੇ ਸਵੇਰ ਦੀ ਸੈਰ ਤੇ ਲੈ ਜਾਂਗੇ। ਮੇਰੇ ਢਿੱਡ ਅੰਦਰ ਗੱਲ ਘਟੀ ਭੱਜਦੀ ਹੁੰਦੀ ਹੈ ਤੇ ਮੈਂ ਇਸ ਕਰਕੇ ਤੁਸੀਂ ਹਾਜ਼ਮੇ ਵਾਲਾ ਚੂਰਨ ਖਾ ਲਿਓ ਨਾ। ਓਕੇ ਚਲੋ ਠੀਕ ਹੈ, ਚਲੋ ਚੱਲਦੇ ਹਾਂ। ਚਲੋ ਦੇਖ ਕੇ ਇੱਥੇ ਅਸੀਂ ਦੋਵਾਂ ਨੇ ਹੁਣ ਇਹ ਫੈਸਲਾ ਕੀਤਾ ਵੀ ਆਪਾਂ ਮੰਦਰ ਜਾਂਦੇ ਹਾਂ ਅਤੇ ਦਰਸ਼ਨ ਕਰਦੇ ਤੁਹਾਨੂੰ ਵੀ ਕਰਾਵਾਂਗੇ,
ਤੇ ਕਾਰਨ ਉਹਦਾ ਇਹ ਆ ਵੀ ਕਈ ਵਾਰੀ ਕਿ ਥੱਕਿਆ ਟੁੱਟਿਆ ਬੰਦਾ ਹੁੰਦਾ ਅਤੇ ਉਹ ਇੱਥੇ ਨਾ ਆਉਣ। ਸੋ ਇਸ ਕਰਕੇ ਆਪਾਂ ਮੰਦਰ ਦੇ ਦਰਸ਼ਨ ਕਰਕੇ ਜਾਵਾਂਗੇ, ਤੁਹਾਨੂੰ ਵੀ ਕਰਾਉਂਦੇ ਹਾਂ ਅਤੇ ਗੱਲ ਵੀ ਗੁਪਤ ਰੱਖਾਂਗੇ। ਚੱਲਦੇ ਹਾਂ ਆਪਾਂ ਹੁਣ ਜੰਗਲ ਵਿੱਚ ਬਣੇ ਇਸ ਮੰਦਰ ਦੇ ਅੰਦਰ। ਇੱਕ ਗੱਲ ਦੇਖੋ, ਜੰਗਲ ਦੇ ਵਿੱਚ ਮੰਦਰ ਬਣਿਆ ਪਰ ਲੱਕੜ ਦਾ ਬਣਿਆ ਪੂਰਾ, ਉਹ ਵੀ ਹਾਂ ਹਾਂ ਬਿਲਕੁਲ 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 ਬਹੁਤ ਮਹਿੰਗੀ ਕਾਰਾਗਰੀ ਹੋਈ ਵੀ ਹੈ। ਇੱਦਾਂ ਕੋਈ ਨਹੀਂ ਹੈ ਕਿ ਕੋਈ ਕੰਮ ਚਲਾਊ ਜਾਂ ਸਿੱਧੀਆਂ ਫੱਟੀਆਂ ਲਾ ਕੇ ਬਣਾ ਲਿਆ ਕਿਸੇ ਨੇ, ਅਤੇ ਮਹਿੰਗੀ ਕਾਰਾਗਰੀ ਹੋਈ ਵੀ ਹੈ। ओके परमात्मा मेरे पर हाथ रखियो। माता शेरां वाली दा मंदर लगता, तो जुते उतार के आप टेक आवांगे मथा अंदर। ਬੜੀ ਅੱਛੀ ਪੋਜ਼ਿਟਿਵ ਵੇਵ ਆਈ ਹੈ ਮੱਥਾ ਟੇਕ ਕੇ। ਮੈਂ ਗੱਲ ਦੱਸਣ ਬਿਨਾਂ ਰਹਿੰਦਾ ਨਹੀਂ ਜੋ ਮੇਰੇ ਮਨ 'ਚ ਹੋਵੇ, ਚਾਹੇ ਉਹਦਾ ਕੋਈ ਬੈਡ ਕਮੈਂਟ ਹੀ ਕਰੇ। ਜਿਸ ਤਰ੍ਹਾਂ ਇਹ ਜੰਗਲ ਦੇ ਵਿੱਚ ਮੰਦਰ ਬਣਿਆ ਪੂਰਾ ਲੱਕੜ ਦਾ, ਤੋ ਅੰਦਰ ਗੋਲਕ ਪਈ ਆ, ਇਹ ਟੱਲ ਲੱਗਾ ਅਤੇ ਹੋਰ ਵੀ ਜਿਹੜਾ ਸ਼ਰਧਾਲੂਆਂ ਨੇ ਸਮਾਨ ਚੜਾਇਆ ਹੋਇਆ, ਸਾਹਮਣੇ ਚਾਂਦੀ ਦੇ ਛੱਤਰ ਵੀ ਚੜ੍ਹੇ ਹੋਏ ਆ, ਅਤੇ ਕੋਈ ਵੀ ਇੱਥੇ ਹਿਲਜੁਲ ਨਹੀਂ ਹੈ। ਦੇਖੋ, ਮੈਂ ਮਾਫ਼ੀ ਚਾਹੂੰਗਾ ਵੀ ਆਪਣੇ ਪੰਜਾਬ ਦੇ ਵਿੱਚ ਜਾਂ ਹੋਰ ਕਈ ਸਟੇਟਾਂ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੋਵੇ, ਆਪਣੇ ਪੀਰਾਂ ਦੇ ਜਿਹੜੀ ਜਗ੍ਹਾ ਬਣੀ ਹੁੰਦੀ ਆ ਜਾਂ ਜਿਹੜੀ ਸਾਈਡ 'ਤੇ ਬਾਹਰ ਕਿਤੇ ਗੁਰਦੁਆਰਾ ਸਾਹਿਬ ਹੋਣ, ਅਤੇ ਉੱਥੇ ਚੋਰ ਚੱਕੀ ਜਿਹੜੇ ਆ ਗੋਲਕ ਨੂੰ ਹੱਥ ਸਾਫ਼ ਕੇ ਲੈ ਜਾਂਦੇ, ਮਤਲਬ ਗੋਲਕ ਪੂਰੀ ਦੀ ਪੂਰੀ ਉਠਾ ਕੇ ਲੈ ਜਾਂਦੇ ਆ, ਅਤੇ ਇੱਥੇ ਮੈਨੂੰ ਇਹੋ ਜਿਹਾ ਕੁਝ ਲੱਗਿਆ ਨਹੀਂ, ਅਤੇ ਮੈਂ ਸਲਾਮ ਕਰਦਾ ਇਹਨਾਂ ਲੋਕਾਂ ਦੀ ਸ਼ਰਧਾ ਭਾਵਨਾ ਨੂੰ। ਸੋ ਆਪਾਂ ਤੁਹਾਨੂੰ ਮੰਦਰ ਦੇ ਦਰਸ਼ਨ ਕਰਾਤੇ ਆ ਅਤੇ ਟਰੈਕ ਕਰਕੇ ਆਪਾਂ ਵਾਪਸ ਜਾਂਦੇ ਹਾਂ। ਅਗਰ ਉਹਨਾਂ ਦਾ ਮਨ ਹੋਇਆ ਤਾਂ ਫਿਰ ਇੱਥੇ ਆ ਜਾਣਗੇ, ਆਪਾਂ ਵੀਡੀਓ ਨਹੀਂ ਦਿਖਾਵਾਂਗੇ ਉਹਨਾਂ ਨੂੰ, ਨਹੀਂ ਤਾਂ ਫਿਰ ਜਦੋਂ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਉਦੋਂ ਫਿਰ ਸਾਰਿਆਂ ਨੇ ਦੇਖ ਹੀ ਲੈਣੀ ਆ। ਨਮਸਕਾਰ ਸਰ। ਸਰ, ਹਮਾਰੀ ਗਾੜੀ ਉੱਪਰ ਖੜੀ ਹੋਈ ਆ, ਹਮਾਰਾ ਗਾੜੀ ਮੈਂ ਘਰ ਬਣਾ ਰੱਖਾ ਹੈ, ਤੋ ਦੋ ਗਾੜੀਆਂ ਆਪਾਂ ਉੱਪਰ ਦੇਖ ਕੇ ਆਏ ਹੋਗੇ ਨਾ, ਜਹਾਂ ਸੇ ਨਿਕਲੇ ਹੋਗੇ, ਤੋ ਹਮ ਤੋ ਐਸੇ ਹੀ ਆ ਰਹੇ ਸੀ ਇੱਧਰ, ਤੋ ਮੰਦਰ ਬਣਾ ਦੇਖਾ ਤੋ ਅੱਛਾ ਲੱਗਾ, ਦੇ ਕੇ ਦਰਸ਼ਨ ਵੀ ਮਾਥਾ ਵੀ ਟੇਕਾ, ਤੋ ਜੇ ਕਿਸ ਕਾ ਮੰਦਰ ਹੈ ਬਤਾਏਗੇ ਆਪ ਪਲੀਜ਼। ये मंदिर माता सतवादनी का है। माता सतवादनी। सतवादनी, ओके। तो ये कौन सी जिला शहर डिस्ट्रिक्ट के किस में है? ये जो है आप इस वक्त जो है डिस्ट्रिक्ट कांगड़ा। डिस्ट्रिक्ट कांगड़ा, तहसील बैजनाथ जी, और बीड बिलिंग वैली पे है। बीड बिलिंग वैली पे है। और जो ये मंदिर है जी, ये लोगों की आस्था है जी, तो लोगों ने जो है मिलकर इसको बनाया है। मतलब काफ़ी मैंने देखा भी इतनी दूर, मतलब कोई भी रास्ता नहीं है इसको सीधा वाला है ना, फिर भी इतने पैसे खर्च करके बनाया है ना, तो बहुत अच्छा लगा आपकी श्रद्धा देख के। आपका गांव नीचे इधर कहीं? हाँ, बीड़ में। ओके, बीड़ जा रहे हो। मैं इतने जो वीर हुरी मिले से उन्होंने गलबात की, जिनी क हो सकया जानकारी इकट्ठी करने की कोशिश की, तो यही पूछा भी इतने चोरी चकारी का किस तरह वा। वो कहते भी ये इतने कोई चोरी नहीं होंगी, अगर कोई चोरी होगी तो माता उन्होंने अपने आप सज़ा दूगी। तो मतलब लोग डरते ला लो, श्रद्धा ला लो, भावना ला लो भी चोरी के चांस ना दे बराबर आ। चलो, साह बहुत चढ़ गया। जिहड़े रूटीन दे इत्थे दे ने लोग पहाड़ी है, मतलब वो नॉर्मली गलबात करते रहते, उन्होंने कोई क्योंकि उन्होंने रूटीन है इस तरह आना जाना। तो आप हुण कैमरा बंद करते हैं, तो पहुँचते अपनी राणी सुंदर के कोल। ट्रैक अपना सफलतापूर्वक पूरा हो गया, साह चढ़िया, एक अद्धी भी फिर गए तो साह जाऊगा पक्का। अनु नवा खून है, इनू घट साह चढ़िया। तो विवेक जी अपना अपनी दिन की स्टार्टिंग करते हुए बना रहे हैं कोई स्पेशल डिश सिगड़ी के उत्ते। सिगड़ी जिन्हों आप पंजाबी ਦੇ ਵਿੱਚ ਅੰਗੀਠੀ ਕਹਿੰਦੇ ਆ, ਬੂਰੇ ਵਾਲੀ, ਇਹ ਉਹੀ ਆ। ਸਰ, ਆਪਕਾ ਐਸੇ ਐਸੇ ਕਰਨਾ ਮੇਰੇ ਕੋ ਅਟਰੈਕਟ ਕਰ ਰਿਹਾ ਥਾ, ਸੋਚਾ ਪੁੱਛ ਲੂੰ ਸਰ ਸੇ ਕਿਆ ਬਣ ਰਿਹਾ ਹੈ। ਸਰ, ਬਣ ਤਾਂ ਇਸਮੇਂ ਬੈਂਗਣੀ ਦੇ ਜੀ, ਪਰ ਕਿਉਂਕਿ ਇੱਕ ਗੈਸ ਹੈ ਇਸ ਲਈ ਜੀ। ਆਪਾਂ ਇੱਕ ਸੈਰ ਸਪਾਟੇ ਨੂੰ ਲੰਘੇ ਸੀਗੇ ਅਤੇ ਮਗਰੋਂ ਦਾਲ ਬਣ ਗਈ, ਅਤੇ ਦਾਲ ਦੇ ਉੱਤੋਂ ਜਿਹੜੀ ਇਹ ਝਾਗਾ ਨਾ ਇਹ ਲਾਹ ਦੇਣੀ ਚਾਹੀਦੀ ਹੈ। ਵੈਸੇ ਇਹ ਯੂਰੇ ਕੈਸਟ ਨਹੀਂ ਵੱਧਦਾ ਅੱਜ ਕੱਲ੍ਹ,
ਉਹ ਇਹਨਾਂ ਕਰ ਚੀਜ਼ਾਂ ਕਰਕੇ ਵੱਧਦਾ ਹੈ। ਜਦੋਂ ਪਹਿਲਾਂ ਜਦੋਂ ਦਾਲ ਜਿਹੜਾ ਮੈਦਾ ਕਸਲਾ ਪਾਣੀ ਆ ਉਹ ਲਾ ਦੇਣਾ ਚਾਹੀਦਾ, ਜਿਵੇਂ ਸਾਗ ਤੋਂ ਹੀ ਲਾਉਂਦੇ ਆ, ਜਿਵੇਂ ਦਾਲਾਂ ਪਹਿਲਾਂ ਤੌੜੀਆਂ ਚ ਬਣਦੀਆਂ ਤੇ ਰਿੱਜ ਕੇ ਉੱਬਲ ਜਾਂਦੀ ਨਾ ਬਾਹਰ ਨੂੰ ਆ ਜਾਂਦਾ ਸਾਰਾ। ਅੱਜ ਕੱਲ ਕੁੱਕਰ ਦੇ ਵਿੱਚ ਹੀ ਆਪਾਂ ਸਾਰਾ ਕੁਝ ਰਿੰਨ ਕੇ ਖਾਈ ਜੰਨੇ ਆ, ਤਾਂ ਹੀ ਇਹ ਜਿਹੜੀ ਆਪਾਂ ਨੂੰ ਦਿੱਕਤ ਪ੍ਰੋਬਲਮ ਆਉਂਦੀ। ਇਹ ਕਾਫੀ ਕੁਆਂਟੀ ਚ ਨਿਕਲਿਆ ਨਾ, ਕਿਉਂਕਿ ਆਪਣੀ ਤੌੜੀ ਵੀ ਨਵੀਂ ਹੈ ਨਾ ਜੀ। ਵਿਵੇਕ ਜੀ ਦੀ ਕਿਚਨ ਦੇ ਵਿੱਚ ਮੇਰੀ ਡਿਊਟੀ ਆ ਅੰਗੀਠੀ ਨੂੰ ਹਵਾ ਦੇਣਾ ਤੇ ਬਣ ਹਾਂ ਥੋੜੀ ਦੇਰ। ਇਹ ਬਣ ਰਹੇ ਆ ਭਰਵਾਂ ਬੈਂਗਣ, ਤੇ ਇਹ ਮੈਂ ਪਹਿਲੀ ਵਾਰੀ ਦੇਖ ਰਿਹਾ ਵੀ ਕੱਟ ਕੇ ਸਿੱਧੇ ਵਿੱਚ ਪਾਈ ਜਾ ਰਹੇ, ਆਪਾਂ ਕੱਟ ਕੇ ਬਾਹਰ ਰੱਖਦੇ ਆ ਤੋ ਕੁੱਕੜ ਪੇ ਮਤਲਬ ਹਾਂ ਕਾਲੇ ਨਹੀਂ ਹੋਣਗੇ, ਕਾਲੇ ਵੀ ਨਹੀਂ ਹੋਣਗੇ, ਕੜਵਾਹਟ ਵੀ ਨਹੀਂ ਆਏਗੀ। ਅੱਛਾ, ਅਗਰ ਕੱਟ ਕੇ ਰੱਖੇ ਤਾਂ ਕੜਵਾਹਟ ਆ ਜਾਂਦੀ ਹੈ। ਹਾਂ, ਪਾਣੀ ਮੇ ਨਹੀਂ ਡਾਲਾ ਤਾਂ ਕੜਵਾਹਟ। ਓਕੇ, ਚਲੋ ਰੋਈ ਨਿਆ ਸਿੱਖਣ ਕੋਈ ਮਿਲਦਾ ਵੀ ਸਰ? ਨਹੀਂ ਨਹੀਂ ਇਹ ਤਾਂ ਮਾਲੂਮ ਪਾ ਨਹੀਂ ਮਾਲੂਮ ਤਾਂ ਨਹੀਂ, ਕਾਲੇ ਕਾ ਤਾਂ ਪਤਾ ਤਾਂ, ਕੜਵਾਹਟ ਕਾ ਨਹੀਂ ਪਤਾ ਤਾਂ। ਇਹ ਨਾ ਇਹ ਦੇਖ ਲੈਣਾ, ਇਹ ਤਾਂ ਆਪਕੋ ਮਾਲੂਮ ਹੋਗਾ ਨਾ ਅਭੀ, ਬੈਂਗਣ ਕਾਟ ਕੇ ਰੱਖਦੇ ਹੋ ਧੀਰੇ ਧੀਰੇ ਕੜਵੇ ਹੋਤੇ ਜਾਤੇ ਹੈ। नहीं काले का तो पता था, कड़वे का भी पता था। मतलब एक सेकंड से भी नहीं रखा, बिल्कुल सही। तो गुड्डू अपनी नेम दी पक्की है, तो मैं रोज थोड़ा तां दिखाना मैनू इदा चंगा लगता। आरती कुंज बिहारी की, गिरिधर कृष्ण मुरारी की। ਇਹ ਤਾਂ ਚੱਲ ਰਹੀ ਹੈ ਜੀ ਤੜਕੇ ਦੀ ਤਿਆਰੀ। ਸਰੋਂ ਤੇਲ ਖੁੱਲਾ ਜਿਹਾ, ਅਗਰ ਦਾਲ ਚ ਖੁੱਲਾ ਸਰੋਂ ਤੇਲ ਪਾਇਆ ਉੱਤੇ ਤੜਕਾ ਬਹੁਤ ਸਵਾਦ ਬਣਦਾ। ਨਹੀਂ ਨਹੀਂ, ਦਾਲ ਖੁੱਲੀ ਆਪਣੀ, ਦਾਲ ਵੀ ਖੁੱਲੀ ਆ। ਦੋ ਦੋ ਪੀਸ ਦੇ ਐਪਲ ਦੇ, ਦੋ ਦੋ ਪੀਸ ਕੇਲਿਆਂ ਦੇ ਦੇ ਦੇ, ਆ ਜਾਣੇ ਆ ਨਹੀਂ ਆ ਜਾਣੇ, ਦੋ ਦੋ ਕੇਲਿਆਂ ਦੇ ਦੇ, ਦੋ ਦੋ ਐਪਲ ਦੇ ਦੇ ਸਾਤਵਿਕ ਨੂੰ ਦੇ। ऐसे नहीं उठाते बेटा प्रसाद, आपको नहीं बताया, ऐसे नहीं उठाते आप ऐसे हाथ करो ना, वो प्रसाद दे रही है। दोनों हाथ करो, वो आपको बोल रही है दोनों हाथ करो, दोनों हाथ करो। केला भी ले। दाल विच तेल खुला होवे ता ही स्वाद लगदी, दाल विच दाल अपनी है भी अज खुली है, क्योंकि आपां दो टाइमां दी, दो परिवारां दी बना रहे हैं। दो टाइमां दी नहीं है, एक टाइम ही खत्म हो जानी है, एक टाइम ही खत्म हो जानी है। ਤੇ ਮੈਂ ਤੈਨੂੰ ਕਿਹਾ ਸੀ ਆਪਾਂ ਦੋ ਤਿੰਨ ਟਾਈਮ ਖਾਵਾਂਗੇ, ਕਿਉਂਕਿ ਦਾਲ ਬਣਦੀ ਬਹੁਤ ਸਵਾਦ ਹੈ। ਤੇ ਉਹ ਬਰਤਨ ਦੇ ਹਿਸਾਬ ਨਾਲ ਬਣਾਉਣੀ ਹੈ ਨਾ, ਮੈਂ ਦੇਖ ਤਾਂ ਨਾਲ ਵੱਡੀ ਲੈ ਕੇ ਨਹੀਂ ਆਈ। ਚਲੋ, ਕਿਉਂਕਿ ਚਾਵਲ ਬਣਾ ਲੈ ਨਾ ਨਾਲ। ਓਕੇ ਓਕੇ, ਤਾਂ ਕਰਕੇ ਦਾਲ ਜ਼ਿਆਦਾ ਲੱਗ ਜਾਣੀ ਜੀ। ਅੱਜ ਚਮਚੇ ਵਾਲਾ ਕੰਮ ਕੋਈ ਨਹੀਂ ਸੀ, ਖੁੱਲੇ ਦਿਲ ਨਾਲ ਹੀ ਸਾਰਾ ਕੁਛ ਤੇ ਹੱਥਾਂ ਨਾਲ ਹੀ ਚੱਲਿਆ। दाल ने कलर चेंज कर लिया है, पर वो काला नहीं बनया, अभी पूरी रिज्जी कहाँ है। अच्छा, ये काला पूरा प्रॉपरली नहीं बनना, क्योंकि ਇਹਦੇ ਵਿੱਚ ਆਪਾਂ ਮਾਂ ਨਹੀਂ ਪਾਏ। ਅੱਛਾ, ਮਾਂ ਨਹੀਂ ਪਾਏ। ਓਕੇ, ਮਾਂ ਦੇ ਨਾਲ ਥੋੜੀ ਬਲੈਕ ਜਿਆਦੀ ਦਾਲ ਪੰਦੀ ਹੈ, ਇਹਦੇ ਵਿੱਚ ਆਪਾਂ ਚਣਾ, ਮੂੰਗ ਤੇ ਮਸਰ ਜੀ ਇਹਨਾਂ ਚੀਜ਼ਾਂ ਪਾਈ। ਇੰਨਾ ਸੋਹਣੀਆਂ ਪਹਾੜੀਆਂ ਦਾ ਨਜ਼ਾਰਾ ਲੈ ਰਹੇ ਨੇ ਆਪਣੇ ਮਿੱਠਾ ਮਿੱਠੀ ਵੀ ਨਾਲ ਨਾਲ, ਤੇ ਨਾਲ ਮਿੱਠਾ ਮਿੱਠੀ ਦੇ ਇੱਕ ਰਿਸ਼ਤੇਦਾਰ ਮਿੱਠੂ ਮਿੱਠੂ। ਹੁਣ ਆਪਾਂ ਪਾ ਲਈਏ ਟੇਸਟ ਵਾਸਤੇ ਥੋੜੀ ਜਿਹੀ ਦੇ ਵਿੱਚ ਮੇਥੀ, ਕਿਉਂਕਿ ਆਪਾਂ ਠੰਡੇ ਇਲਾਕੇ ਚ ਤੇ ਮਸਾਲਾ ਤੇ ਕਸ਼ਮੀਰੀ ਮੇਥੀ, ਕਸ਼ਮੀਰੀ ਲਾਲ ਮਿਰਚ ਤੇ ਹੋਰ ਕੀ ਪਾਇਆ ਪਾ, ਧਨੀਆ ਪਾਉ। ਮਿੱਠੇ ਮਿੱਠੀ ਨੂੰ ਤਾਂ ਦਾਣਾ ਮਿਲ ਗਿਆ ਜੀ ਖਾਣ ਨੂੰ, ਇਹਨਾਂ ਨੂੰ ਭੁੱਖ ਲੱਗੀ ਤੇ ਆਪਣਾ ਜੀ ਬੰਦਾ ਪਿਆ। ਲੋ ਜੀ ਆਪਣੀ ਦਾਲ ਜਿਹੜੀ ਹੈ ਤਿਆਰ ਹੋ ਚੁੱਕੀ ਹੈ, ਥੋੜੀ ਹਜੇ ਪਤਲੀ ਲੱਗ ਰਹੀ ਹੈ ਨਾ। ਨਹੀਂ ਨਹੀਂ, ਫਿਰ ਚੌਲਾਂ ਨਾਲ ਖਾਣੀ ਹੈ ਨਾ। ਓਕੇ ਓਕੇ, ਠੀਕ ਹੈ। ਵੈਸੇ ਵੀ ਜੇ ਆਪਾਂ ਇਹਨੂੰ ਬੰਦ ਪਈ ਰਹਿੰਦਾ ਕਿ 2-4-10 ਮਿੰਟ ਤੇ ਸੰਘਣੀ ਹੋ ਜਾਊਗੀ। ਮਾਈ ਫੇਵਰੇਟ ਦਾਲ ਚਾਲ, ਦਾਲ ਚਾਲ ਨਹੀਂ ਦਾਲ ਚਾਲ, ਦਾਲ ਚਾਵਲ, ਦਾਲ ਚਾਲ ਨਹੀਂ ਦਾਲ ਚਾਵਲ, ਚਾਵਲ ਅਜੇ ਥੋੜੀ ਜੀ ਕਸਰ ਲੱਗ ਰਹੀ ਸੀ ਦਾਲ ਦੇ ਵਿੱਚ, ਤੇ ਦੋਨੇ ਦਾਲਾਂ ਇੱਕੋ ਜਗ੍ਹਾ ਕਰ ਲਈਆਂ। ਤੇ ਦਾਲ ਦੇ ਟੇਸਟ ਨੂੰ 4 ਚੰਦ ਲਾਉਣ ਵਾਸਤੇ ਇਹ 'ਚ ਪਾਵਾਂਗੇ ਆਪਾਂ ਕੜਛੀ ਇੱਕ, ਘਿਓ ਇੱਕ ਜਾਂ ਦੋ, ਕੜਛੀ ਕਾਫੀ ਹੈ।
ਹਜ਼ਮ ਵੀ ਤੇ ਕਰਦੇ ਕੀ ਪਾ ਲਾਂਗੇ ਇਹਦੇ ਵਿੱਚ ਆਪਾਂ ਹੁਣ ਐਂ ਜੀ ਕਰਦਾ ਵੀ ਉਤੋਂ ਤੋਂ ਲਾ ਕੇ ਆਪ ਵੀ ਖਾ ਲਈਏ ਮੰਨੂ ਦੇ ਤੂੰ ਆਹ ਹਾ ਹਾ ਕੀ ਫ੍ਰੈਗਨੈਂਸ ਆ ਰਹੀ ਹੈ ਓਏ ਹੋਏ ਹੋਏ ਓਏ ਹੋਏ ਓਏ ਹੋਏ 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 ਰੀਸ ਲਾਈ ਕਿਹੇ ਦੀ ਆਪਾਂ ਸਰ ਅੱਖਾਂ ਨੇ ਖਾ ਲਿਆ ਰੱਜ ਵੀ ਆ ਗਿਆ ਬਹੁਤ ਸਵਾਦ ਲੱਗ ਰਿਹਾ ਦੇਖਣ ਨੂੰ ਮਤਲਬ ਅਤੇ ਖਾ ਕੇ ਉਸ ਤੋਂ ਵੀ ਜ਼ਿਆਦਾ ਸਵਾਦ ਹੋਣਗੇ ਕਿਉਂਕਿ ਆਪਾਂ ਸਾਰੇ ਮਸਾਲੇ ਵਗੈਰਾ ਦੇ ਪੈਂਦੇ ਦੇਖੇ ਆ ਇੱਕ ਮਸਾਲਾ ਹਜੇ ਸਰ ਹੋਰ ਰਗੜ ਕੇ ਲੈ ਕੇ ਆਏ ਆ ਇਹ ਹੈਗੀ ਆ ਸੌਂਫ ਸਰ ਸੌਂਫ ਆ ਜਾਂ ਹੋਰ ਵੀ ਕੁਛ ਇਹ 'ਚ ਸੌਂਫ ਤੋ ਬਹੁਤ ਸੁੰਦਰ ਆ ਆਪਾਂ ਘਰ ਜਾ ਕੇ ਟਰਾਈ ਵੀ ਕਰਾਂਗੇ ਇਹ ਤਾਂ ਸਰ ਹਾਂ ਬਣਾਤੇ ਵੀ ਹੋਣਗੇ ਜੀ ਕੈਂਪਿੰਗ ਕਰਦੇ ਕਰਦੇ ਇੱਕ ਆਪਣੇ ਨਾਲ ਹੋਰ ਸਾਥੀ ਜੁੜ ਗਏ ਨੇ ਸਰ ਕਿਆ ਨਾਮ ਆਪਕਾ ਦੀਪਕ ਜੀ ਜੁੜ ਗਏ ਨੇ ਇਹ ਜਿੱਥੇ ਆਪਾਂ ਪਹਿਲਾਂ ਰੁਕੇ ਸੀ ਨਾ ਉਸ ਜਗ੍ਹਾ ਦੇ ਰਹਿਣ ਵਾਲੇ ਨੇ ਅਤੇ ਇਹ ਵੀ ਕੈਂਪਿੰਗ ਦੇ ਸ਼ੌਕੀਨ ਨੇ ਅਤੇ ਖਾਣਾ ਆਪਣਾ ਤਿਆਰ ਹੋ ਚੁੱਕਿਆ ਖਾਣੇ ਦੇ ਵਿੱਚ ਸਲਾਦ 'ਚ ਖੀਰੇ ਅਤੇ ਇਹ ਵਿਵੇਕ ਜੀ ਨੇ ਜਿਹੜੇ ਬੈਂਗਣ ਬਣਾਏ ਸੀਗੇ ਇਹ ਆਪਣਾ ਔਰਗੈਨਿਕ ਗੁੜ ਮਿਰਚ ਦਾ ਅਤੇ ਅਦਰ ਹੋਰ ਚਾਰ ਇਹਨਾਂ ਦੋਵਾਂ ਦੇ ਵਿੱਚ ਹੈਗੇ ਆ ਫੁਲਕੇ ਭਰ ਕੇ ਅਤੇ ਇਹ ਬਣੀ ਦਾਲ ਅਤੇ ਇੱਧਰ ਚੌਲ ਇਹ ਚੌਲ ਕਿੱਦਾਂ ਜਿੱਦਾਂ ਬੀਜ ਕੇ ਖੜੇ ਕੀਤੇ ਹੁੰਦੇ ਆ ਨਾ ਜਿੱਦਾਂ ਬਿਜਾਈ ਨਹੀਂ ਕੀਤੀ ਹੁੰਦੀ ਕਿਸੇ ਚੀਜ਼ ਦੀ ਖੇਤੀ ਦੀ ਉੱਪਰ ਉੱਪਰ ਨੂੰ अभी तो बोए थे ना चावल को हाँ अभी तो बोया गया था जी। अब वो उगे हैं बन गए हैं अब चावल तो इसका तो हरा रंग चाहिए अगर उगने के बाद तो वो राइस कुकर अपना ऐसा है कि पर वैसे मैं हैरान हो गया कि ये इस तरह खड़े खड़े क्यों सारे ऊपर देखो अरे फसल कैसी होती है खड़ी खड़ी बस बिल्कुल वो तो खड़े खड़े ही सारे पक गए चलो जदों आपां खाना शुरू करते हैं फिर थोड़ा शूट करांगे खाना खा के फिर मिलते हैं आपां ਇਹਨੂੰ ਭਾਵੇਂ ਤੁਸੀਂ ਲੰਗਰ ਪ੍ਰਸ਼ਾਦਾ ਕਹਿ ਲਓ ਜਾਂ ਕੁਛ ਵੀ ਕਹਿ ਲਓ ਜਦੋਂ ਆਪਾਂ ਸਾਰੇ ਰਲ ਮਿਲ ਕੇ ਖਾਂਦੇ ਨਾ ਫਿਰ ਲੰਗਰ ਵਰਗਾ ਕੰਮ ਹੀ ਹੋ ਜਾਂਦਾ ਅਤੇ ਇੱਕ ਸਾਡੇ ਇੱਧਰ ਛੋਟੇ ਜਿਹੇ ਗੁੱਡੂ ਜੀ ਹੁਣੀ ਇੱਥੇ ਬੈਠ ਕੇ ਖਾ ਰਹੇ ਆ ਅਤੇ ਇੱਕ ਸਭੇ ਬੱਚਿਆਂ ਵਾਂਗੂ ਨੀਚੇ ਇਹਨੇ ਕੁਛ ਵਿਛਾ ਲਿਆ ਪਹਿਲਾਂ ਅਤੇ ਫਿਰ ਬੈੱਡ ਦੇ ਉੱਪਰ ਬੈਠ ਕੇ ਖਾ ਰਹੀ ਹੈ ਟੇਸਟੀ ਠੀਕ ਹੈ ਗੁੱਡ ਸਾਥ ਵੀ ਕੀ ਫੇਵਰੇਟ ਪਲੇਟ ਅਤੇ ਮੈਨੂੰ ਲੱਗਦਾ ਵੀ ਖਾਣੇ ਵਿੱਚ ਨਾ ਸੈਲਫ ਸਰਵਿਸ ਹੀ ਠੀਕ ਰਹੂਗੀ ਵੀ ਆਪੋ ਆਪਣਾ ਪਾਓ ਜਿੰਨਾ ਜਿੰਨਾ ਲੋੜ ਹੈਗੀ ਹੈ ਨਾ ਤੋ ਜੀ ਮੇਰਾ ਵੈਸੇ ਪਾ ਕੇ ਦੇ ਸਕਦੇ ਹੋ वो अलग से चलता है उनका वो तो टाइम मांगती है बस टाइम मिल जाए भोजन अगर इकट्ठे बैठ के बनाया हो ते रल मिल के खादा हो उदा टेस्ट जिहड़ा 100 गुना वध जांदा क्यों महसूस कर रहे हो तुसीं सारे जणे महसूस कर रहे हो आवाज नहीं है किसी की बोल नहीं पा रहे ठीक है मुंह खाली नहीं है किसी का ये जो माहौल बनता है ना इसको हम एक्सप्लेन नहीं कर सकते जी मतलब अब क्या कहा जाए नहीं माता जी मैं देखा वो रोपड़ आए थी ना उदो ही बहुत खुश होते कहते सबसे अच्छा मुझे ये लग रहा है कि आप इकट्ठे बैठ के खा रहे हो दाल इतनी स्वाद बनी है भाभी मांग रहे हैं भी मेनू दाल दियो एक सेकंड नहीं दे मतलब रहने देते विकल्प है मेरे पास बताओ विकल्प होता तो करें ना विकल्प तो दोनों को तो मिलेंगे नहीं अब कौन सी भाभी उम्र होगी सर की उम्र उम्र तो वही नहीं दे, देखो भाई बोले उम्र होगी अभी नहीं उम्र होगी क्या अभी तो फुल जोश है सब ने खाना पानी खा लिया तो उस तो बाद अगला काम सीगा भांडे धोन का ये भी धुप गए साफ सफाई सारी आप कर ली है भांडे भी साफ करके रखते तो किचन आप बंद कर लिया किचन कर वैसे बंद कर दिता चले नहीं आप कि बंद कर दिता भी अंदर आप बैठते हम घंटा डेढ़ घंटा करेंगे रेस्ट उस तो बाद अगला की प्रोसैस है वो आप दस ਭਾਵੇਂ ਪਹਾੜ ਆ ਅਤੇ ਭਾਵੇਂ ਉੱਤੇ ਪਹਾੜਾਂ 'ਤੇ ਬਈ ਬਰਫ਼ ਆ ਪਰ ਜੋ ਧੁੱਪ ਨਿਕਲਦੀ ਨਾ ਫਿਰ ਚੁੱਭਦੀ ਬੜੀ ਆ ਅਤੇ ਆਪਾਂ ਗੱਡੀ ਉਹ ਸਾਹਮਣੇ ਛਾਂ 'ਚ ਲਾਵਾਂਗੇ ਇੱਥੇ ਅਤੇ ਸਾਤਵਿਕ ਆਪਣੇ ਗੁੜੀ ਵਾਸਤੇ ਲੈ ਕੇ ਆਇਆ ਡੇਰੀ ਮਿਲਕ ਚੋਕਲੇਟ ਇੱਕ ਉਹ ਦੇ ਦੇ ਇਸ ਕੋ ਇੱਕ ਮੇਰੇ ਕੋ ਦੇ ਦੋ ਕਿੰਨੇ ਦਿੱਤੀ ਬੋਲ ਨਹੀਂ ਕਿੰਨੇ ਦਿੱਤੀ ਬੋਲ ਕਿਸਨੇ ਦੀ ਹੈ ਇਹ ਬੋਲ ਕੇ ਬਤਾ अच्छा ये दी है अंकल ने जो अभी नए नए आए हैं अच्छा उन्होंने जिनकी गैस का पाइप टूट गया है क्या टूट गया पाइप गैस का
टूट गया ना, छूट गया। अच्छा गले छूट गया तो वो सोचते आ रहे थे रास्ते में कुछ तो छूटा है। अच्छा तो अब छूट मीठा बनाना होगा तो फिर ये चॉकलेट मीठा बन रहा है ना। कहाँ आपके बन रहा है? अच्छा आपके वहाँ बन रहे हैं। और ये लीजिए अंकल आपके लिए हाथ में, ये बैड हैबिट, बैड हैबिट, ऐसे नहीं, ऐसे थैंक यू। अच्छा है ना किचन, यहाँ वो रखते हैं स्टोव रखते हैं, ठीक है ना। जो पाइप लाना भूल गए ना, तो फिर वो छोटे वाले चूल्हे में बनाना पड़ा, जिसको यूज ही हुआ आज। कोई बात नहीं, ऐसे पहली बार निकले ऐसे ना सामान लेके, कोई बात नहीं, ठीक है ठीक है। मैं नहीं जरा सुखांगी बाल में ये जेब में पड़ा जा इनकी किस्मत देखो, छोटे से कैंपिंग करने लग गए। एक महीने की हुई थी तब से, तो अपना रखना हमारे होंगे। तो टाइम शाम का हो गया, तो अपन नहाना सी कुछ देर आप आराम कर लगे, तो अख लगी, तो अख लगी लगी दो ढाई घंटे कदों लंघे पता नहीं लग्या। तो हूँ आप नहा चले, मौसम देखो किस तरह का होया। हाँ जी थोड़ा ही है बस। जिहड़े बदलों आप उत्तों देखते हैं धुंद जी वांगू देखते हैं, तो उस लैवल के उत्ते आप ऊँ ही फिरते हैं, तो आज शायद तुहानू कैमरे में नज़र आ रहे होणगे। हाँ तो पानी हैगा इच, हाँ हैगा, ठीक है शाबाश। तो वह सामने बाल्टी पई आ, तो आप हुण इत्थे पहिलां नहाउणे आ। अनु उत्थे बाल्टी खोलदा खोलदा कहिंदा कहिंदा वी जिहड़ा अखीर ते नहाऊगा तो वह बाल्टी इत्थे आ के बन्नूगा। असीं सारे ने कपड़े ला ले फटाफट, तो उन्हें भी बाल्टी सुट्टी इतने कपड़े लाने लग पे। मैं पानी किने भरना, बिना पानी तो अपन नहावे कि पानी ने थोड़ा टाइम लगना पर। चलो नहा के फिर पहला कौन करूंगा, नहा के मिलते मैं ना पूरा गर्म के। आप स्नान पानी किया, पानी बहुत ठंडा सीगा, पर ठंडे पानी का की है भी जो तक शरीर के उत्ते सवार के पैंदा नहीं उद तक ही ठंडा लगता। तो मैडम जी हुणी उन्हें फिर मत्था टेक आए मंदिर, वो थोनों आप इस तो पहला वीडियो दिखाई दिता सीगा, तो मेरे नहाते नहाते मत्था टेक आए। तो हुण आप वधदे पए अपनी राणी सुंदरा नाल। किदां लग्या मंदिर? हाँ जिन्हां दा सुभा पद्धर जमीन ते पक्किया हुंदा ना, उन्हां नूं इहो जी पहाड़ियां उतरनियां वी औखियां लगदियां, तो जो चढ़निया होंगे तो वह भी फिर जीव घटा बहर न। वैसे रुक रुक के जाना चाहिए, आप एक साइड तुरे आ रहे हैं ना, ये भी करना। वैसे सवेरे सह नहीं चढ़िया सी, गुड्डू कह रही है भी ट्रैकिंग का किराया लेंगे लोग जो गाइड होंगे 5000 रुपया, तो आप फ्री च ही कर ली। पुत आप एक्सपैरीमेंट कर रहे थे ना, ये आने वाले समय आप ट्रैकिंग करा कि वे पहाड़ न पार कर दी, चढ़ाई चढ़ते चढ़ते तो दम लै रहे हैं, दम अजे टुटिया नहीं पर वैसे ही लै रहे हैं, सह जरा सी ना तेज हो गया सी समतल करने वास्ते। ये फिर नवा खून आना इस करके, बाकी वैसे बहुत एक्टिव आ गुड्डू, थकती टुटती नहीं है। जंगल जंगल बात चली है, पता चला है चड्डी पहन के फूल खिला है, फूल खिला है। वो तो दो तीन बारी गाना गाया ना, अंडर चड्डी सोक गई तेरी पैंटी सोकी जानी मैं लगता है ना। गुड्डू कमाई जा रही है उन्हें नाल गाना गा रही मोगली वाला, एवे हुंदा मशीन दे विच भी घूमण वाला जगाड़ दे, ऐ घूमदा रहंदा। तू अज बड़े तू आदा कमाई जा नहीं, वैसे जिस हिसाब नाल ठंड नाल दी नाल सुकी जांदा, ठंड नहीं है
ਕੋਈ ਮੋਟਰ ਗੱਡੀ ਆਉਂਦੀ ਤਾਂ ਉਹਦੀ ਮਾੜੀ ਜਿਹੀ ਆਵਾਜ਼ ਆਉਂਦੀ, ਬਾਕੀ ਬਿਲਕੁਲ ਕੁਛ ਨੀ। ਸ਼ੂਟਿੰਗ ਵਗੈਰਾ ਇਹੋ ਜਿਹੇ ਥਾਵਾਂ ਤੇ ਹੁੰਦੀ। ਥੱਲੇ ਜਿਹੜੀ ਤੁਸੀਂ ਲੋਕੇਸ਼ਨ ਪਿੱਛੇ ਵੀਡੀਓ ਚ ਵੇਖ ਚੁੱਕੇ ਹੋ, ਮੰਦਰ ਦੀ ਲੋਕੇਸ਼ਨ ਬਹੁਤ ਵਧੀਆ ਨਾ, ਮੰਦਰ ਵੀ ਬਹੁਤ ਵਧੀਆ, ਜਿਵੇਂ ਕਢਾਈਆਂ ਜਾਂ ਕੱਢ ਕੱਢ ਕੇ ਬਣਾਉਂਦੇ ਆ ਹਨਾ। ਮਿਹਨਤ ਤੇ ਪੈਸਾ ਲੱਗਿਆ ਹੋਇਆ ਬਹੁਤ ਉੱਤੇ। ਮੈਂ ਤਾਂ ਤੇ ਕਢਾਈ ਤੇ ਨਹੀਂ ਦੇਖੀ, ਪਰ ਛੂਣਾ ਬਣਿਆ ਸੀ ਉੱਤੋਂ ਜਦੋਂ ਪੱਥਰ ਲਾਏ ਸੀ ਨਾ, ਉੱਥੇ ਕਢਾਈ ਨਹੀਂ ਦੇਖੀ, ਟੱਲੀਆਂ ਖੜਕਾਈ ਗਈ ਉੱਥੇ। ਤੇ ਚਲੋ ਨਿਕਲੀਏ ਜਾ ਕੇ, ਆਪਾਂ ਚਾਹ ਪਾਣੀ ਦਾ ਕੋਈ ਪ੍ਰਬੰਧ ਕਰਦੇ ਆ। ਚਾਹ ਪੀ ਨਹੀਂ, ਚਾਹ ਪਾਣੀ ਰੋਟੀ ਦਾ ਟਾਈਮ ਹੋ ਗਿਆ, ਹੁਣ ਤਾਂ ਰਾਤ ਹੋ ਜਾਂਦੀ ਹੈ। ਤੋ ਮੈਨੂੰ ਮੌਸਮ ਮੀਂਹ ਦਾ ਲੱਗਦਾ ਤੇ ਆਪਾਂ ਨੂੰ ਰੋਟੀ ਪਹਿਲਾਂ ਬਣਾ ਲੈਣੀ ਚਾਹੀਦੀ ਹੈ, ਤੇ ਫਿਰ ਜਿਹੋ ਜਿਹਾ ਉਹੋ ਜਿਹਾ ਦੇਖ ਲਾਂਗੇ। ਨਹੀਂ ਅਜੇ ਨਹੀਂ ਕੁਛ ਵੀ ਹੁੰਦਾ ਅਜੇ, ਪਹਿਲਾਂ ਕੁੱਟੀ ਕੁੱਟੀ ਕੱਪੀ ਕੱਪੀ ਚਾਹ ਆਊ। ਤੇ ਇਹ ਜਿਵੇਂ ਕਹਿੰਦੇ ਆ ਇੱਕ ਨੂੰ ਵੇਖ ਕੇ ਦੂਜਾ ਸੰਗ ਫੜ ਹੀ ਲੈਂਦਾ, ਅਣੂ ਵੀ ਆਪਦੇ ਨਾਲ ਹੀ ਅੰਡਰਵੇਅਰ ਘੁਮਾਉਣ ਲੱਗ ਪਿਆ। ਇੱਕ ਦੇਖੋ ਜੀ ਖਰਬੂਜੇ ਨੂੰ ਵੇਖ ਕੇ ਵੱਡਾ ਮਤੀਰਾ ਰੰਗ ਫੜ ਗਿਆ, ਵੱਡਾ ਮਤੀਰਾ ਰੰਗ ਫੜ ਗਿਆ। ਚਲੋ ਚਲੀਏ। ਸੂਰਜ ਸ਼ੁਕਰਾ, ਦੇਖੋ ਕਿੰਨਾ ਸੋਹਣਾ ਨਜ਼ਾਰਾ। ਦੇਖੋ ਨਾਲ ਨਾਲ ਨਾ ਇਹ ਜਿਹੜੇ ਉੱਡਦੇ ਜਿਵੇਂ ਕੀ ਕਰ ਰਹੇ ਹਨ, ਪੈਰਾਗਲਾਈਡਿੰਗ। ਹਾਂ, ਸੂਰਜ ਦਾ ਨਜ਼ਾਰਾ ਬਹੁਤ ਵਧੀਆ, ਸਨਸੈਟ। ਇੱਧਰ ਬੱਦਲ ਚੜੀ ਜਾ ਰਹੇ, ਮਤਲਬ ਆਪਾਂ ਬੱਦਲਾਂ ਦੇ ਉੱਪਰ ਫਿਰਦੇ ਹਾਂ। ਬੱਦਲ ਆਪਾਂ ਨੂੰ ਜਿਹੜੇ ਦੇਖਦੇ ਹੁੰਦੇ ਉੱਪਰ ਵੀ ਮੀਂਹ ਲੈ ਕੇ ਆਏ ਆ, ਉਹ ਆਪਣੇ ਤੋਂ ਥੱਲੇ ਆ, ਤੁਸੀਂ ਸਾਹਮਣੇ ਦੇਖ ਸਕਦੇ ਆ। ਨੰਗੀ ਅੱਖ ਨਾਲ ਥੋੜ੍ਹਾ ਜ਼ਿਆਦਾ ਕਲੀਅਰ ਦਿਖਦਾ ਇਹ। ਫਿਰ ਜਦੋਂ ਥੱਲੇ ਮੀਂਹ ਪੈਂਦਾ ਫਿਰ ਉੱਪਰ ਨਾ ਹੀ ਪੈਂਦਾ ਹੋਊਗਾ? ਨਹੀਂ, ਹੁਣ ਥੱਲੇ ਪੈ ਸਕਦਾ ਇਹਨਾਂ ਨਾਲ, ਕਿਉਂਕਿ ਦੂਰ ਨੇ, ਆਪਾਂ ਇਹਨਾਂ ਤੋਂ ਉੱਚੇ ਹਾਂ। ਉਹ ਦੇਖੀ ਸਾਹਮਣੇ ਕਿਸ ਤਰ੍ਹਾਂ ਦਿਲ ਬਣਿਆ ਹੋਇਆ ਨਾ, ਉਹ ਸਾਹਮਣੇ ਦੇਖੋ ਤਾਂ। ਇੱਧਰ ਵਿਵੇਕ ਜੀ ਦੀ ਚੱਲ ਰਹੀ ਆ ਅਪਲੋਡਿੰਗ। ਸਰ ਬਹੁਤ ਕਰੂਸ਼ੀਅਲ ਟਾਈਮ ਚੱਲ ਰਿਹਾ ਹੈ ਜੀਵਨ ਦਾ ਜੀ, ਤੋ ਨਾ ਕਿ ਨਾ ਦੇ ਬਰਾਬਰ ਬਿਲਕੁਲ ਟਾਵਰ ਨੇ, ਤੇ ਕਦੀ ਕਦੀ ਰੇਂਜ ਨਾ ਹਨੇਰੀ ਵਾਂਗੂ ਆਉਂਦੀ ਹੈ, ਇਕੱਠਾ ਹੀ ਦੋ ਤਿੰਨ। ਨਹੀਂ ਨਹੀਂ ਸਰ, ਮੈਂ ਸਾਈਡ 'ਤੇ ਹੂੰ, ਅੰਦਰ ਸੇ ਟੇਢਾ ਸਾ ਐਸੇ ਮੈਂ। ਤੋ ਮੈਂ ਕਿਹਾ ਸਰ ਨੂੰ, ਮੈਂ ਕਿਹਾ ਸਰ ਸਾਰੇ ਟੱਬਰ ਦਾ ਜ਼ੋਰ ਲੱਗ ਜਾਣਾ ਹੈ ਤੁਹਾਡੇ 'ਤੇ, ਸਾਰਾ ਹਾਸੇ ਖੁੱਲ੍ਹ ਗਏ, ਮੈਂ ਪੰਜਾਬੀ ਬੋਲੇ ਪਰ ਸਮਝ ਗਏ ਸਾਰੀ ਗੱਲ। ਸਰ ਇੰਨੇ ਦਿਨ ਨਹੀਂ ਹੈ ਤਾਂ ਸਮਝ ਜਾਵਾਂ ਜੀ ਜੀ। ਅਤੇ ਨੀਚੋ ਨਹਾ ਧੋ ਕੇ ਅਤੇ ਮੰਦਰ ਦਰਸ਼ਨ ਕਰਕੇ ਆ ਗਏ, ਅਤੇ ਇੱਧਰ ਆਪਣੀ ਕਿਚਨ ਖੁੱਲ੍ਹ ਚੁੱਕੀ ਆ, ਅਤੇ ਗੁੱਡੂ ਆਪਣੇ ਵੀ ਉੱਤੋਂ ਆਪਦਾ ਜਿਹੜਾ ਡਿਊਟੀ ਨਿਭਾ ਰਹੀ ਆ ਦੇਖਣ ਦਾ ਵੀ ਕੀ ਬਣ ਰਿਹਾ। ਅਤੇ ਫਿਲਹਾਲ ਬਣਦੀ ਆ ਚਾਹ, ਅਤੇ ਦੁੱਧ ਆਪਣੇ ਖਤਮ ਹੋ ਗਿਆ ਸੀ, ਸੁੱਕਾ ਦੁੱਧ ਆਪਾਂ ਨਾਲ ਲੈ ਕੇ ਆਏ ਸੀਗੇ। ਵੈਸੇ ਆਪਾਂ ਮੱਕੀ ਦੀ ਰੋਟੀ ਬਣਾਵਾਂਗੇ ਸ਼ਾਇਦ, ਮਤਲਬ ਆਟਾ ਕੱਢ ਲਿਆ ਸੀਗਾ, ਅਤੇ ਹਾਂ ਚਾਹ ਵਾਲੇ ਦੋ ਗਾਹਕ ਹੀ ਨੇ, ਤਿੰਨ ਔਰ ਚਾਰ। ਲੈ ਕੈਮਰਾ ਦੇਖ ਕੇ ਸਾਰੇ ਤਿਆਰ ਹੋ ਗਏ, ਦੇਖੋ ਮਾਤਾ ਜੀ ਨੇ ਫਿੱਕੀ ਚਾਹ ਪੀਣੀ ਹੈ, ਅਤੇ ਹੁਣ ਆਪਾਂ ਚਾਹ ਬਣਾ ਕੇ ਦੇਣੀ ਇਹਨਾਂ ਨੂੰ। ਅਤੇ ਵੈਸੇ ਸੋਚਿਆ ਵੀ ਰੋਟੀਆਂ ਆਪਾਂ ਬਣਾ ਲਈਏ, ਅਤੇ ਫਿਰ ਸਮਝ ਨਹੀਂ ਲੱਗੀ ਵੀ ਆਪਾਂ ਸੋਚਿਆ ਵੀ ਜਿਹੜਾ ਰੋਟੀ ਬਣਾਉਣਾ ਉਹਨੂੰ ਠੀਕ ਕਰੀਏ, ਚਾਹ ਦੇ ਕੇ ਤਾਂ ਆਪਾਂ ਹੀ ਕੰਮ ਹੋ ਜਾਣਾ ਸਾਰਾ, ਇਹ ਫਾਰਮੂਲਾ ਸਭ ਤੋਂ ਵਧੀਆ ਰਹੂਗਾ ਹੈ ਨਾ। ਆਰਤੀ ਕੁੰਜ ਬਿਹਾਰੀ ਕੀ, ਸ਼੍ਰੀ ਹਰ ਕ੍ਰਿਸ਼ਨ ਮੁਰਾਰੀ ਕੀ, ਆਰਤੀ ਕੁੰਜ ਬਿਹਾਰੀ ਕੀ, ਸ਼੍ਰੀ ਗਿਰੀਧਰ ਕ੍ਰਿਸ਼ਨ ਮੁਰਾਰੀ ਕੀ। ਹੁਣ ਕਾਨਾ ਜੀ ਨਾਲ ਸੁਣਨ ਦਾ ਵਕਤ ਆ ਗਿਆ, ਹੁਣ ਇੰਨੀ ਜੀ ਆ ਰਹੀ ਕਾਨਾ ਜੀ ਨੂੰ, ਕਾਨਾ ਜੀ ਨੂੰ ਸੁਣਾ ਦਿੰਦੇ। ਕਾਨਾ ਜੀ ਚੋਲ ਚੋਜਾ ਮੇਰਾ ਨੰਨਾ ਕਾਕਾ, ਚੋਜਾ ਮੇਰਾ ਨੰਨਾ ਕਾਕਾ, ਚੋਜਾ ਮੇਰਾ ਨੰਨਾ ਕਾਕਾ। ਗੁੱਡੂ ਦਾ ਇਹ ਪੱਕਾ ਹੀ ਨੇਮ ਆ, ਅਤੇ ਮੈਂ ਤੁਹਾਨੂੰ ਰੋਜ਼ ਦਿਖਾਉਣਾ, ਅਤੇ ਮੈਨੂੰ ਬਹੁਤ ਵਧੀਆ ਲੱਗਦਾ ਹੈ। ਸ਼ਾਬਾਸ਼ ਮੇਰਾ ਪੁੱਤ, ਸ਼ਾਬਾਸ਼। ਅਤੇ ਹੁਣ ਆਪਾਂ ਚਾਹ ਪਾਣੀ ਪੀ ਕੇ ਹੋ ਗਏ ਸੀ ਵਿਹਲੇ, ਤੁਸੀਂ ਵੇਖ ਸਕਦੇ ਹੋ ਪਿੱਛੇ, ਦੇਖੋ ਐਂ ਹਨੇਰਾ ਹੋ ਗਿਆ। ਅਤੇ ਆਪਾਂ ਜਿਵੇਂ ਦੁਪਹਿਰੇ ਤੁਸੀਂ ਦੇਖਿਆ ਸੀ ਦਾਲ ਚਾਵਲ ਬੈਂਗਣ ਕਈ ਕੁਛ ਸੀਗਾ, ਅਤੇ ਹੁਣ ਇਸ ਟਾਈਮ 'ਤੇ ਆਪਾਂ ਹਲਕਾ ਫੁਲਕਾ ਜਿਵੇਂ ਥੋੜ੍ਹੇ ਜਿਹੇ ਆਪਾਂ ਚੌਲ ਰੱਖੇ ਉੱਬਲਣੇ ਬੱਚਿਆਂ ਵਾਸਤੇ, ਅਤੇ ਇੱਧਰ ਹੈਗੀ ਆਪਣੀ ਦਾਲ ਦੁਪਹਿਰ ਵਾਲੀ। ਕੁਛ ਖਾਸ ਨਹੀਂ ਆਪਾਂ ਇਹਦੇ ਵਿੱਚ ਹੁਣ ਬਣਾ ਰਹੇ, ਰਾਤ ਨੂੰ ਹਲਕਾ ਫੁਲਕਾ ਜਿਹਾ ਖਾ ਕੇ ਅਤੇ ਬਸ ਹੁਣ ਸੋਵਾਂਗੇ। ਕਹਿੰਦੇ ਹਲਕਾ ਖਾਣਾ ਕਰਦੇ ਕਰਾਉਂਦੇ ਆ, ਫਿਰ ਕਦੀ ਟਮਾਟਰ ਪਾ ਲਓ ਵਿੱਚ, ਕਦੀ ਪਿਆਜ਼ ਪਾ ਲਓ, ਕਦੀ ਸ਼ਿਮਲਾ ਮਿਰਚ ਪਾ ਲਓ, ਇਸ ਚੌਲ ਬਣ ਗਏ ਦੇਖੋ, ਸ਼ਿਮਲਾ ਮਿਰਚ ਵਾਲੇ ਚੌਲ। ਹਾਂ, ਅੱਜ ਮੀਤ ਵਾਲੀ ਡਿਊਟੀ ਉਹਨੂੰ ਨਿਭਾ ਰਿਹਾ। ਕਿਆ ਖੁਸ਼ਬੂ ਆ ਰਹੀ ਆ ਜੋ ਸਬਜ਼ੀਆਂ ਦੀ ਪ੍ਰੈਗਨੈਂਸ ਆ ਰਹੀ ਨਾ ਉੱਪਰ,
ਮੈਂ ਤੂੰ ਪੁੱਛ ਕੇ ਦੇਖੋ ਕੀ ਨਜ਼ਾਰਾ ਨਹੀਂ ਨਹੀਂ ਅਸੀਂ ਖਾ ਕੇ ਸ਼ਿਮਲਾ ਮਿਰਚ ਦਾ ਜੋ ਸਮੈਲ ਆ ਜਾਂਦਾ ਵਿੱਚੋਂ ਵਿੱਚ ਟਮਾਟਰ ਬਾਕੀ ਤੜਕਾ ਘੀ ਵੀ ਪਾਇਆ ਥੋੜਾ ਜਿਹਾ ਥੋੜਾ ਨਹੀਂ ਬਾਬਾ ਖੁੱਲਾ ਪਾਇਆ ਅੱਛਾ ਫਿਰ ਘੀ ਦੀ ਫ੍ਰੈਗਰੈਂਸ ਅਭੀ ਇਦਾਂ ਨਹੀਂ ਚੌਲਾਂ ਨੂੰ ਐਂ ਲਾਈਦਾ ਬਸ ਓਕੇ ਓਕੇ ਠੀਕ ਕਿਉਂਕਿ ਟੁੱਟ ਜਾਂਦੇ ਨੇ ਜਿਸਕਾ ਕੰਮ ਉਸੀ ਕੋ ਸਾਜੇ ਦੂਸਰਾ ਕਰੇ ਤੋ ਡੰਕਾ ਬਾਜੇ ਗੁੱਡੂ ਵਾਸਤੇ ਫਿੱਕੇ ਕੱਢਾਂਗੇ ਹਾਂ ਗੁੱਡੂ ਫਿੱਕੇ ਖਾਊਗੀ ਇਦਾਂ ਕਹਿੰਦੇ ਨੇ ਕਦੀ ਕਦੀ ਬੰਦਾ ਇੰਨਾ ਵਾ ਵੀ ਭੁੱਖ ਰਹਿ ਜਾਂਦਾ ਵਾ ਵੀ ਮਾੜਾ ਮੋਟਾ ਜਿਹਾ ਬਣਾ ਕੇ ਖਾ ਲਈਏ ਤੇ ਕਦੀ ਕਦੀ ਕਰਦੇ ਕਰਦੇ ਆ ਵੀ ਪਾ ਲਿਆ ਵੀ ਪਾ ਦੀ ਫਿਰ ਸਪੈਸ਼ਲ ਬਣ ਜਾਂਦਾ ਦੇਖੋ ਇਹ ਕਮਾਲ ਆ ਚਾਹ ਦਾ ਆਪਣਾ ਸਵੇਰੇ ਉੱਠਦੇ ਆ ਚਾਹ ਸ਼ਾਮ ਨੂੰ ਚਾਹ ਹਨਾ ਚਾਹ 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 ਤੇ ਚਾਹ ਦਾ ਕਮਾਲ ਮੈਂ ਪਹਿਲੇ ਕਿਹਾ ਸੀਗਾ ਵੀ ਚਾਹ ਪਿਆ ਦਿਓ ਇਹਨੂੰ ਸਾਰਾ ਕੰਮ ਕਰ ਦੇਣਾ ਇਹਨੇ ਤੇ ਉਹੀ ਗੱਲ ਹੋਈ ਇੱਕ ਚੀਜ਼ ਆ ਜਿਸ ਕਰਕੇ ਅੰਗਰੇਜ਼ਾਂ ਨੂੰ ਅਜੇ ਤੱਕ ਦੁਆਵਾਂ ਦਿੱਤੀਆਂ ਜਾਂਦੀਆਂ ਚਾਹ 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 ਜਿੱਥੇ ਚਾਹ ਉੱਥੇ ਰਾਹ ਮੈਂ ਇਹ ਵਾਲੀ ਚਾਹ ਸਮਝਦਾ ਹੁੰਦਾ ਸੀਗਾ ਕਿ ਜਿੱਥੇ ਚਾਹ ਵਾ ਉੱਥੇ ਰਾਹ ਹਾਂ ਮਤਲਬ ਚਾਹ ਵੀ ਤੇ ਰਾਹ ਲੱਭ ਜੂਗਾ ਆਪਾਂ ਛੋਟੇ ਬੱਚੇ ਨੇ ਨਾ ਸਾਰੇ ਸਮਝਦੇ ਅੱਛਾ ਸਾਰੇ ਸਮਝਦੇ ਤੇ ਸਵੇਰੇ ਆਪਾਂ ਕਿਹੜੀ ਲੋਕੇਸ਼ਨ ਤੇ ਜਾਂਦੇ ਆ ਕਿੰਨਾ ਇੰਜੋਏ ਕਰਦੇ ਆ ਕਿਹੜੀ ਆਪਣੀ ਨਵੀਂ ਜਗ੍ਹਾ ਤੇ ਜਾਣਾ ਉਹ ਤੁਸੀਂ ਸਵੇਰ ਵਾਲੇ ਵਲੌਗ 'ਚ ਦੇਖਿਓ ਤੁਹਾਨੂੰ ਮਜ਼ਾ ਆਊਗਾ ਅੱਜ ਵਾਲੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਜਿਵੇਂ ਆਪਾਂ ਸਵੇਰੇ ਪਹਿਲਾਂ ਬੀੜ ਗਏ ਸੀ ਉੱਥੇ ਤੁਹਾਨੂੰ ਘੁਮਾਇਆ ਸਾਰਾ ਦਿਖਾਇਆ ਆਪਾਂ ਉਸ ਤੋਂ ਬਾਅਦ ਆਪਾਂ ਇੱਥੇ ਆ ਗਏ ਤੇ ਸਵੇਰੇ ਬਿਲਿੰਗ ਜਾਵਾਂਗੇ ਤੇ ਘੁੰਮਦੇ ਘੁਮਾਉਂਦੇ ਬਹੁਤ ਹੀ ਐਸ ਰੋਗ ਦੀ ਸਾਰੀ ਚੜ੍ਹਾਈ ਸੀ ਐਂ ਘੁੰਮੀ ਗਏ ਐਂ ਕਰਕੇ ਚੱਕਰ ਵਾਂਗੂ ਹੀ ਅਤੇ ਹੁਣ ਸਵੇਰੇ ਕਿੱਥੇ ਜਾਂਦੇ ਹਾਂ ਉਹ ਤੁਸੀਂ ਸਵੇਰ ਵਾਲੇ ਵਲੌਗ 'ਚ ਦੇਖਿਓ ਅੱਜ ਵਾਲੇ ਵਲੌਗ ਦਾ ਆਪਾਂ ਕਰਦੇ ਜੀ ਇੱਥੇ ਐਂਡ ਅਤੇ ਮਿਲਦੇ ਇੱਕ ਨਵੇਂ ਵਲੌਗ ਦੇ ਵਿੱਚ ਜੇ ਵਲੌਗ ਚੰਗਾ ਲੱਗਾ ਲਾਈਕ ਸ਼ੇਅਰ ਦੱਬ ਕੇ ਕਰ ਦਿਓ ਜਿਹੜੇ ਚੈਨਲ 'ਤੇ ਆਏ ਨੇ ਨਵੇਂ ਉਹਨਾਂ ਨੂੰ ਰਿਕੁਐਸਟ ਆ ਜੀ ਚੈਨਲ ਰੂਪ ਵਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਸੋ ਹੁਣ ਬਸ ਇੰਨਾ ਕੁ ਖਾ ਪੀ ਕੇ ਤਾਂ ਆਪਾਂ ਸੌਂ ਜਾਣਾ ਅੰਦਰ ਬੈੱਡ ਵਗੈਰਾ ਦੀ ਸਾਰੀ ਤਿਆਰੀ ਗੁੱਡੂ ਕਰ ਰਹੀ ਹੈ ਸੋ ਇਸ ਵੀਡੀਓ ਦਾ ਇੱਥੇ ਕਰਦੇ ਜੀ ਐਂਡ ਮਿਲਦੇ ਇੱਕ ਨਵੀਂ ਵੀਡੀਓ 'ਚ ਤਦ ਤੱਕ ਲਈ ਬਾਏ ठंड महसूस ही नहीं करता इस करके कपड़े पाने की जरूरत नहीं लगी सवेर के नाश्ते की तैयारी बन रहा कद्दू हलवा पेठा जिहड़े नाम